स्क्रीन ते चल रही तस्वीर जिस दे विच तुसी एक नौजवान मुंडे नू देख रहे हो, तुसी सोचते होवोगे कि शायद यह नौजवान मुंडा ट्रैफिक का कोई मुलाजम होगा जो सिविल कपड़ों के विच ट्रैफिक नू चला रहा, पर नहीं इत्थे तुसी गलत हो। दस दिए कि यह मुंडा कोई ट्रैफिक का मुलाजम नहीं, सगों एक आम मुंडा, क्योंकि सारे पुलिस मुलाजमान दी ड्यूटियां पंचायती चोणों दे विच लगियां होईयां सी, जिसके चलते बठिंडा दे इस चौंक दे विच वड्डा जाम लग्या होया सी। यह नौजवान अपने बच्चे का हाल जानन जो कि हस्पताल दे विच दाखल सी, इस करके इसनु काफ़ी परेशानी का सामना करना पिया। तो फिर इस लड़के ने खुद जिम्मेवारी समझते हुए ट्रैफिक नु कंट्रोल किया अते उत्थों जिहड़ा कि लग्या होया जाम उसनु खुलवा दिता। ਨਾਮ ਕੀ ਤੁਹਾਡਾ ਜੀ? ਸੁਰਿੰਦਰ ਰਾਮ ਜੀ। ਹਾਂਜੀ ਸੁਰਿੰਦਰ ਰਾਮ। ਸੁਰਿੰਦਰ ਰਾਮ, ਤੇ ਤੁਸੀਂ ਅੱਜ ਟ੍ਰੈਫਿਕ ਕਲੀਅਰ ਕਰ ਰਹੇ ਸੀ, ਜਾਮ ਲੱਗਿਆ ਬਸ, ਕਿਵੇਂ ਤੁਹਾਡੇ ਮਨ ਚ ਆ ਗਿਆ? ਮਨ ਜੀ ਬਹੁਤ ਜ਼ਿਆਦਾ ਟ੍ਰੈਫਿਕ ਸੀ, ਲੰਘਣ ਦੀ ਵੀ ਦਿੱਕਤ ਆ ਰਹੀ ਸੀਗੀ। ਅੱਛਾ, ਇਹ ਬਹੁਤ ਜ਼ਿਆਦਾ ਦਿੱਕਤ ਆਈ ਲੰਘਣ ਚ ਵੀ। ਕਿਹੜੀ ਜਗ੍ਹਾ ਤੋਂ ਤੁਸੀਂ? ਪਿੰਡ ਭਾਈਕਰਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ। ਤੇ ਇੱਥੇ ਕਿਵੇਂ? ਇੱਥੇ ਮੁੰਡਾ ਐਡਮਿਟ ਹੈ ਜੀ, ਕੇਐਮ ਦਿੱਲੀ ਹਸਪੀਟਲ ਚ। ਅੱਛਾ, ਤੇ ਤੁਸੀਂ ਬੱਚਾ ਤੁਹਾਡਾ ਦਾਖਲ ਹੈ? ਹਾਂਜੀ ਹਾਂਜੀ। ਤੇ ਤੁਸੀਂ ਇਧਰੋਂ ਉੱਥੇ ਹਸਪਤਾਲ ਕਿਉਂ ਆਏ ਹੋ? ਹਾਂਜੀ ਹਾਂਜੀ। ਤੇ ਉਦੋਂ ਜਦੋਂ ਤੁਸੀਂ ਆ ਰਹੇ ਹੋ ਜਾਮ ਸੀ ਉਦੋਂ? ਹਾਂਜੀ ਬਹੁਤ ਜ਼ਿਆਦਾ ਲੰਘ ਕੇ ਮਤਾ ਆਈ ਜੀ। ਅੱਛਾ ਅੱਛਾ, ਫਿਰ ਤੁਹਾਡੇ ਮਨ ਚ ਆਇਆ ਕਿ ਬਸ ਠੀਕ ਕਰਾ ਦੋ? ਹਾਂਜੀ ਹਾਂਜੀ ਹਾਂਜੀ, ਕਲੀਅਰ ਕਰਾ ਦਿੱਤੀ ਜੀ। ਠੀਕ, ਓਕੇ। ਸੋ ਦੱਸ ਦਈਏ ਕਿ ਇਹ ਨੌਜਵਾਨ ਮੁਕਤਸਰ ਦਾ ਰਹਿਣ ਵਾਲਾ ਤੇ ਉਸਦਾ ਬੱਚਾ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਹੈ, ਜਿਹਦੇ ਚੱਲਦੇ ਉਹ ਖੁਦ ਹੀ ਇਸ ਜਾਮ ਦੇ ਵਿੱਚ ਫਸ ਗਿਆ ਸੀ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ।